ਜਲੰਧਰ ਸ਼ਹਿਰ ਦੇ ਮੁਹੱਲਾ ਗੁਰੂ ਨਾਨਕਪੁਰਾ ਈਸਟ ਵਿੱਚ ਸਥਿਤ ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਨਾਲ ਜੁੜੀਆਂ ਸੰਗਤਾਂ ਵੱਲੋਂ ਦਿਓਟ ਸਿੱਧ ਅਤੇ ਪੀਰ ਨਿਗਾਹਾਂ ਦੀ ਸਾਲਾਨਾ ਕੀਤੀ ਜਾਣ ਵਾਲੀ ਯਾਤਰਾ ਤੋਂ ਪਹਿਲਾਂ ਮਾਤਾ ਪ੍ਰਵੀਨ ਕੁਮਾਰੀ ਜੀ ਦੀ ਅਗਵਾਈ 'ਚ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਸ਼ੋਭਾ ਯਾਤਰਾ ਦੌਰਾਨ ਭਗਤਾਂ ਨੂੰ ਸਰੂਪੇ ਬਖਸ਼ਿਸ਼ ਕੀਤੇ ਜਾਂਦੇ ਹਨ। ਇਹ ਸ਼ੋਭਾ ਯਾਤਰਾ ਲਾਗਲੇ ਮੁਹੱਲੇ 'ਚ ਹੁੰਦੀ ਹੋਈ ਦੇਰ ਸ਼ਾਮ ਆ ਕੇ ਮੰਦਰ 'ਚ ਸਮਾਪਤ ਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਦਿਓਟ ਸਿੱਧ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਚੇਤ ਦੇ ਮਹੀਨੇ ਲੱਗਣ ਵਾਲੇ ਮੇਲੇ ਨੂੰ ਲੈ ਕੇ ਭਗਤਾਂ ਦੇ ਮਨਾਂ 'ਤੇ ਹਮੇਸ਼ਾ ਖੁਸ਼ੀ ਛਾਈ ਰਹਿੰਦੀ ਹੈ ਅਤੇ ਜੇ ਹੁਣ ਇਹ ਮੇਲਾ ਸ਼ੁਰੂ ਹੁੰਦਾ ਹੈ ਦੁਨੀਆਂ ਦੇ ਕੋਨੇ ਕੋਨੇ 'ਚ ਰਹਿੰਦੇ ਬਾਬਾ ਜੀ ਦੇ ਭਗਤ ਉਹਨਾਂ ਦੇ ਦਰਬਾਰ ਹਾਜ਼ਰੀ ਲਗਾਉਣ ਦੀ ਤਿਆਰੀ ਸ਼ੁਰੂ ਕਰਦੇ ਨੇ ਅਤੇ ਉੱਧਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਨੂੰ ਵੀ ਭਗਤਾਂ ਵੱਲੋਂ ਫੁੱਲਾਂ ਨਾਲ ਖੂਬ ਸ਼ਿੰਗਾਰ ਕੀਤਾ ਜਾਂਦਾ ਹੈ। ਹਰੇਕ ਭਗਤ ਦੇ ਗਲ ਮਾਤਾ ਜੀ ਸਰੂਪੇ ਪਾਉਂਦੇ ਹੋਏ ਉਹਨਾਂ ਨੂੰ ਯਾਤਰਾ ਦੌਰਾਨ ਸੰਗਤ ਦੀ ਡਟ ਕੇ ਸੇਵਾ ਕਰਨ ਲਈ ਆਖਦੇ ਨੇ। ਸੰਗ ਦੇ ਨਾਲ ਰਵਾਨਗੀ ਕਰਨ ਤੋਂ ਪਹਿਲਾਂ ਉਹ ਬਕਾਇਦਾ ਰੂਪ 'ਚ ਵੱਡੇ ਮਾਤਾ ਜੀ ਕੋਲੋਂ ਆਸ਼ੀਰਵਾਦ ਵੀ ਪ੍ਰਾਪਤ ਕਰਦੇ ਨੇ। ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਗੁਰੂ ਨਾਨਕਪੁਰਾ ਈਸਟ ਦਾ ਨਿਰਮਾਣ ਸੰਨ 1964 ਮਾਤਾ ਪਦਮਾ ਦੇਵੀ ਜੀ ਵੱਲੋਂ ਕਰਵਾਇਆ ਗਿਆ ਸੀ। ਉਦੋਂ ਤੋਂ ਲੈ ਕੇ ਇਸ ਮੰਦਰ ਤੋਂ ਵੱਡੀ ਗਿਣਤੀ ਸੰਗਤਾਂ ਦਾ ਚਾਲੇ ਦੇ ਰੂਪ ਦਿਓਟ ਸਿੱਧ ਜਾਣ ਦਾ ਸਿਲਸਿਲਾ ਜਾਰੀ ਹੈ। ਮਾਤਾ ਪ੍ਰਵੀਨ ਕੁਮਾਰੀ ਜੀ ਵੱਡੇ ਮਾਤਾ ਜੀ ਵੱਲੋਂ ਚਲਾਈ ਗਈ ਰੀਤ ਦੇ ਮੱਦੇਨਜ਼ਰ ਸੰਗਤਾਂ ਨੂੰ ਬਾਬਾ ਦੁੱਧਾ ਧਾਰੀ ਦੇ ਚਰਨਾਂ ਨਾਲ ਜੁੜੇ ਰਹਿਣ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਹਨ।
ਕੰਦਨਾ ਤੇ ਸਿਪਕ ਵਾਂਦੇ ਨਾਲ ਨਾਲ ਜੋਗੀ ਨਾਥ ਨੂੰ ਵੀ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਯਾਤਰਾ ਤੇ ਜਾਣ ਵੇਲੇ ਮੰਦਿਰ ਚ ਬੜੀ ਚਹਿਲ ਪਹਿਲ ਵਿਖਾਈ ਦਿੰਦੀ ਹੈ। ਰੰਗ ਬਿਰੰਗੇ ਕੱਪੜੇ ਪਹਿਨੇ ਭਗਤਾਂ ਦੇ ਚਿਹਰੇ ਫੁੱਲਾਂ ਵਾਂਗ ਖੜੇ ਵਿਖਾਈ ਦਿੰਦੇ ਨੇ। ਉਧਰ ਵੱਡੇ ਮਾਤਾ ਪਦਮਾ ਦੇਵੀ ਜੀ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਮਾਤਾ ਪ੍ਰਵੀਨ ਕੁਮਾਰੀ ਜੀ ਸੰਗਤਾਂ ਦਾ ਉਤਸ਼ਾਹ ਵਧਾਉਂਦੇ ਨੇ। ਉਹ ਬਾਬਾ ਜੀ ਦੀ ਕੁੱਤਾ ਮਹਿਮਾ ਗਾਉਂਦੇ ਹੀ ਨੇ, ਨਾਲ ਹੀ ਦੂਸਰਿਆਂ ਨੂੰ ਵੀ ਇਸ ਮਾਰਗ ਦਾ ਰਾਹ ਲੈਣ ਦੀ ਪ੍ਰੇਰਣਾ ਦਿੰਦੇ ਨੇ। ਖੁਸ਼ੀ ਦੀ ਲੋੜ 'ਚ ਜਾ ਰਹੇ ਸੰਘ ਦਾ ਲੋਕਾਂ ਵੱਲੋਂ ਥਾਂ ਥਾਂ ਸਵਾਗਤ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਭਗਤ ਜਨ ਬਾਬਾ ਜੀ ਅੱਗੇ ਸਿਰ ਚੁਕਾਉਂਦੇ ਹੋਏ ਮੁਰਾਦਾਂ ਮੰਗਦੇ ਨੇ। ਜੈਕਾਰਿਆਂ ਦੀ ਗੂੰਜ ਮਾਹੌਲ ਨੂੰ ਭਗਤੀ ਭਰਪੂਰ ਬਣਾ ਦਿੰਦੀ ਹੈ। ਭਗਤ ਬੜੇ ਚਾਵਾਂ ਨਾਲ ਢੋਲ ਅਤੇ ਚਿਮਟੇ ਵਜਾਉਂਦੇ ਹੋਏ ਮੰਦਿਰ 'ਚੋਂ ਸੰਘ ਦੇ ਰੂਪ 'ਚ ਚੱਲਦੇ ਨੇ। ਕੋਈ ਜੈਕਾਰੇ ਲਗਾਉਂਦਾ ਹੈ ਅਤੇ ਕੋਈ ਪੇਟਾ ਗਾ ਕੇ ਆਪਣਾ ਸੁਨੇਹ ਬਾਬਾ ਜੀ ਪ੍ਰਤੀ ਜ਼ਾਹਰ ਕਰਦਾ ਹੈ ਅਤੇ ਫਿਰ ਉਹ ਘੜੀ ਵੀ ਆ ਜਾਂਦੀ ਹੈ ਜਿਸ ਦਾ ਸਭਨਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਨੱਚ ਦੇਖਾਉਂਦੇ
ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਪਾਰ ਕਰਨ ਤੋਂ ਬਾਅਦ ਸੰਗਤਾਂ